ਤੂਫਾਨ ਵੀ ਅੱਗੇ ਚਲੇ ਜਾਂਦੇ ਨੇ, ਇੱਕ ਯਾਦਾਂ ਹੀ ਰਹਿ ਜਾਂਦੀਆਂ, ਇਨਸਾਨ ਵੀ ਅੱਗੇ ਚਲੇ ਜਾਂਦੇ ਨੇ। ਇਹ ਯਾਦਾਂ ਕੈਮਰੇ ਦੀ ਅੱਖ 'ਚ ਬੰਦ ਕੀਤੀਆਂ ਜਾ ਰਹੀਆਂ। ਸਾਡੇ ਸਟੂਡੀਓ ਵਾਲੇ ਵੀਰ ਕੇ ਸਟੂਡੀਓ ਵਾਲੇ ਭਾਈ ਰੱਖਦੇ ਹੱਥਾਂ ਵਿੱਚ ਸਫਾਈ, ਫਿਰ ਕੈਮਰਾ ਚਾਰੇ ਪਾਸੇ ਘੁਮਾਈ, ਖੇਡ ਮੈਦਾਨ ਦੇ ਅੰਦਰ ਨਜ਼ਾਰਾ ਮੈਂ ਖੇਡ ਕਬੱਡੀ ਦਾ ਤੁਸੀਂ ਤੱਕਣਾ ਹੈ। ਫਿਰ ਕਰਾਗੇ ਚੇਤਾ ਜੁੜ ਗਏ, ਇੱਕ ਪਾਸੇ ਬਲਾੜ ਵਿੰਧੂ ਦੀ ਟੀਮ, ਥੋੜੇ ਸਮੇਂ ਦੇ ਉੱਤੇ ਟੀਮ ਤਿਆਰ ਹੋਈ ਹੈ, ਇਹ ਟੀਮ ਸਟੇਜ ਵਾਲੇ ਪਾਸੇ ਹੈ। ਇੱਕ ਪਾਸੇ ਟੀਮ ਹੈ ਗਵਰਨਮੈਂਟ ਪੂਲਾ, ਮੰਨੇ ਪ੍ਰਮੰਨੇ ਨੌਜਵਾਨ ਕਬੱਡੀ ਦੇ ਖੇਤਰ ਵਿੱਚ ਇਸ ਸਮੇਂ ਖੇਡ ਦਿਖਾਉਂਦੇ ਹੈ। ਬਹੁਤ ਧੰਨਵਾਦ ਬਾਈ ਜਗਰੂਪ ਜੀ, ਹਾਂ ਮੇਰੇ ਬੋਲਾਂ ਤੋਂ ਖੁਸ਼ ਹੋ ਕੇ 100 ਰੁਪਏ ਦਾ ਮਾਨ ਭੇਜਦੇ ਹੈ। ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ, ਇਹੋ ਜਿਹੀ ਅੱਤ ਪਾਈ ਰੱਖੇ। ਬੜਾ ਮਾਨ 100 ਰੁਪਇਆ ਕਮੈਂਟਰੀ ਤੋਂ ਖੁਸ਼ ਹੋ ਕੇ ਬਾਈ ਜਗਰੂਪ ਜੀ ਭੇਜਦੇ ਹੈ, ਵੱਡਾ ਧੰਨਵਾਦ ਹੈ। ਇੱਧਰ ਦੇਖਦੇ ਹਾਂ ਵਿੱਕੀ, ਆਹ ਸਾਡੇ ਜਗਰੂਪ ਬਾਈ ਜੀ ਪੱਤਰਕਾਰ, ਉਹਨਾਂ ਦਾ ਸਪੁੱਤਰ ਕਬੱਡੀ ਖੇਡਦਾ ਹੈ। ਫਿਰ ਆ ਕਾਲਾ ਤੇ ਗੋਰਾ ਆਏ ਹਾਏ 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 ਹਾਏ, ਕਿ ਚੁੱਲ੍ਹੇ ਦੀ ਮਿੱਟੀ ਨਹੀਂ ਹਾਰੇ ਦੀ ਮਿੱਟੀ, ਫਿਰ ਮੈਂ ਸਦਕੇ ਜਾਵਾਂ ਕਾਲੇ ਭੂੜ ਨੂੰ ਵਿਆਹਤੀ ਸਾਬਣ ਦੀ ਟਿੱਕੀ। ਉਹ ਦੇਖ ਇੱਧਰਲੇ ਪਾਸੇ ਨੌਜਵਾਨ ਨੇ ਕਮਾਲਾਂ ਕੀਤੀਆਂ, ਬਿਹਤਰੀਨ ਜਫਾ ਲੱਗਿਆ, ਫਿਰ ਚੱਲਿਆ ਕਬੱਡੀ ਪਾਉਣ। ਲੈ ਵੀ ਵਿੱਕੀ ਹੁਣ ਪਤਾ ਲੱਗਣਾ, ਆਹ ਇਹ ਹੈ ਵਿੱਕੀ, ਪਰ ਘੇਰਦਾ ਸੀ ਪਰ ਪੁਆਇੰਟ। ਜਿਹੜਾ ਇਸ ਸਮੇਂ ਮੁੰਡਾ ਕਬੱਡੀ ਪਾਉਂਦਾ, ਇੱਧਰ ਮਾਮਾ ਜੀ ਬੈਠਿਆ, ਕਿੱਥੇ ਜੇ ਬੈਠਿਆ ਜੇ ਮੁੰਡੇ ਦੇ, ਹਾਂ ਲਓ ਖੇਡ ਮੈਦਾਨ ਦੇ ਅੰਦਰ ਆ ਗੁਰਤੇਜ ਪਾਇਲਟ ਆ ਜਿਹੜਾ ਇਹਨੂੰ ਚਾਹ ਨਾਲ ਪਿੰਨੀਆਂ ਦੇਈ ਜਾਂਦਾ ਹੈ। ਲਓ ਕੀਤੀ ਹੋਈ ਕਮਾਲ, ਕਮਾਲਾਂ ਹੋ ਗਏ ਕਿ ਕਿੱਥੇ ਜਾਏਗਾ ਫਰੰਗੀਆ ਬੱਚ ਕੋ ਹੱਥ ਪੱਕ ਕੇ ਅਣਖਾਂ ਨੂੰ। ਇੱਧਰਲੇ ਪਾਸੇ ਇੱਕ ਪਾਸੇ ਨਾਨਕਿਆਂ ਦੀ ਟੀਮ, ਇਹ ਹੈ ਨੌਜਵਾਨ ਦੇ ਨਾਨਕੇ, ਅੱਜ ਬਲਾੜ ਵਿੰਝੂ ਦੇ ਵਿੱਚ ਇਹ ਨੌਜਵਾਨ ਗਵਰਨਮੈਂਟ ਪੂਲੇ ਦਾ ਕਬੱਡੀ ਪਾਉਂਦਾ ਹੈ। ਅੱਗੇ ਫੇਰ ਮੁਕਾਬਲੇ ਹੋ ਗਏ ਹੈ, ਲਓ ਬਲਾੜ ਵਿੰਝੂ ਵਾਲ ਨੇ ਕੈਂਚੀ ਲਾ ਲਈ ਆ, ਫਿਰ ਮਾਰ ਦੋ ਤਾੜੀਆਂ ਦੋ ਹੱਲਾ ਸ਼ੇਰੀ, ਇੱਥੇ ਰੱਖ ਮੁੰਡੇ ਨੇ ਕਮਾਲ ਕਰਤੀ। ਸੌ ਰੁਪਇਆ ਮੇਰਾ ਵੀਰ ਪਿੰਦਰ ਸਰਾਂ ਆਖਦਾ, ਇਸ ਨੌਜਵਾਨ ਜਾਫੀ ਦੇ ਲਈ ਬੜੇ ਮਾਨ ਆ ਗਏ ਹੈ। ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ। ਲਓ ਇੱਧਰਲੇ ਪਾਸੇ ਫਿਰ ਗੁਰਤੇਜ ਪਾਇਲਟ ਐਨ ਚੱਕੀ ਫਿਰਦਾ, ਪੁਆਇੰਟ ਜਿਹੜਾ ਇਸ ਸਮੇਂ ਜਾਫੀਆਂ ਦੇ ਖਾਤੇ। ਅਗਲਾ ਮੈਚ ਜਿਹੜਾ ਹੋਣਾ ਹੈ ਉਹ ਹੋਵੇਗਾ ਪੀਰਖਾਨਾ ਰੱਗੂਆਣਾ ਤੇ ਬਾਬਾ ਰਾਜਾ ਰਾਮ ਕਲਾ ਬਰਮਾਣਾ। ਇੱਧਰ ਸਾਡੇ ਬਾਬਾ ਸਿੰਘ ਸਪੋਰਟਸ ਕਲੱਬ ਵੱਲੋਂ 100 ਰੁਪਇਆ ਇਹ ਟੀਮ ਦੇ ਲਈ ਮਾਨ ਆ ਗਿਆ। ਉੱਥੇ ਨਾਲ ਸਾਡੇ ਬਾਈ ਕੁਲਵੰਤ ਜੀ ਜੱਸੀ ਜੀ, ਹਾਂ ਨਿਊ ਫੈਸ਼ਨ ਪੁਆਇੰਟ ਵਾਲੇ, ਉਹਨਾਂ ਵੱਲੋਂ ਵੀ 100 ਰੁਪਇਆ ਇਸ ਜਾਫੀ ਦੇ ਲਈ ਮਾਨ ਪੁੱਜਿਆ, ਜਿੱਥੇ ਹਰ ਪ੍ਰਕਾਰ ਦੀ ਵਰਾਇਟੀ ਮਿਲਦੀ ਹੈ। ਦੇਖਦੇ ਹਾਂ ਨਿਊ ਫੈਸ਼ਨ ਪੁਆਇੰਟ ਬਲਾੜ ਵਿੰਝੂ, ਇਹਨਾਂ ਦਾ ਅਸੀਂ ਬੜਾ ਧੰਨਵਾਦ ਕਰਦੇ ਹਾਂ। ਲਓ ਇੱਕ ਪਾਸੇ ਕਾਲਾ ਹੱਥਾਂ 'ਚੋਂ ਨਿਕਲਦਾ ਹੁੰਦਾ ਹੈ, ਔਰ ਪੁਆਇੰਟ ਜਿਹੜਾ ਇਸ ਸਮੇਂ ਰੇਡਰ ਦੇ ਖਾਤੇ ਹੈ। ਅਗਲਾ ਮੈਚ ਬਾਬਾ ਰਾਜਾ ਰਾਮ ਕਲੱਬ ਰਮਾਣਾ ਤੇ ਪੀਰਖਾਨਾ ਰੱਗੂਆਣੇ ਦੀਆਂ ਟੀਮਾਂ ਵਿਚਕਾਰ ਮੁਕਾਬਲਾ ਹੋਣਾ। ਇਹ ਵੀ ਟੀਮਾਂ ਆਪਣੇ ਆਪ ਨੂੰ ਤਿਆਰ ਰੱਖਣ। ਉਧਰਲੇ ਪਾਸੇ ਨੌਜਵਾਨ ਨੇ ਕੀਤੀ ਹੋਈ ਕਮਾਲ ਹੈ, ਔਰ ਪੁਆਇੰਟ ਦੇਖਦੇ ਹਾਂ, ਵਾਹ ਆਹ ਕਮਾਲਾਂ ਕੀਤੀਆਂ, ਔਰ ਪੁਆਇੰਟ ਜਿਹੜਾ ਜਫੀਆਂ ਦੇ ਖਾਤੇ ਹੈ। ਦੇਖਦੇ ਹਾਂ ਬਾਬਾ ਸਿੰਘ ਸਪੋਰਟਸ ਕਲੱਬ ਵੱਲੋਂ ਇਸ ਜਾਫੀ ਦੇ ਲਈ 100 ਰੁਪਏ ਦੇ ਮਾਨ ਹੈ, ਅਸੀਂ ਬੜਾ ਧੰਨਵਾਦ ਕਰਦੇ ਹਾਂ। ਹਾਂ ਲੱਖੇ ਦੇ ਲਈ 100 ਰੁਪਇਆ ਸਤਨਾਮ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਵੱਲੋਂ ਤੇ ਬਾਈ ਪਿੰਦਰ ਸਰਾਂ ਜੀ ਉਹਨਾਂ ਵੱਲੋਂ ਇਸ ਜਾਫੀ ਦੇ ਲਈ। ਉੱਥੇ ਨਾਲ ਦੇਖਦੇ ਹਾਂ ਪਿੰਦਰ ਸਰਾਂ ਕੈਨੇਡਾ, ਉਹਨਾਂ ਵੱਲੋਂ ਮੇਰੇ ਬੋਲਾਂ ਤੋਂ ਖੁਸ਼ ਹੋ ਕੇ 100 ਰੁਪਏ ਦਾ ਪਿਆਰ ਭੁੱਜ ਗਿਆ। ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ, ਬੜਾ ਮਾਨ ਭੇਜਦੇ ਹੈ ਪਿੰਦਰ ਸਰਾਂ ਕੈਨੇਡਾ, 100 ਰੁਪਇਆ ਮੇਰੇ ਲਈ ਪੁੱਜਦਾ ਕੀਤਾ, ਤੇ 100 ਰੁਪਇਆ ਲੱਖੇ ਦੇ ਲਈ ਸਤਨਾਮ ਸਿੰਘ ਜੀ ਸਰਪੰਚ ਸਾਹਿਬ, ਇੱਧਰ ਸਾਡੇ ਸਪੋਰਟਸ ਕਲੱਬ ਉਹਨਾਂ ਵੱਲੋਂ ਬੜੇ ਮਾਨ ਪੁੱਜੇ ਹੈ। ਫਿਰ 35 ਰੇਡ, ਇਹ ਹੈ ਨੌਜਵਾਨ ਪੂਲੇ ਦਾ ਜਿਹੜਾ ਇਸ ਸਮੇਂ ਆਹ ਚੱਲਿਆ ਹੱਥ ਲਾ ਕੇ ਲੱਖੇ ਨੂੰ, ਕਿ ਲੱਖਾਂ ਦੀ ਗੱਲ ਕਰਦਾ ਗਾਜੀਪੁਰ ਦਾ ਲੱਖਾ ਜੀ, ਫਿਰ ਖਾਲੀ ਹੱਥ ਕਰ ਲਾਲ ਘਨੌਰ ਗਿਆ ਕਦੇ ਨਾ ਪਿੱਛੇ ਮੁੜਦਾ ਜੀ, ਫਿਰ ਬਾਜੇ ਖਾਨ ਨੇ ਜੰਮਿਆ ਸੀ ਹਰਜੀਤ ਬਰਾੜਾ ਦੇ ਖੇਡਣ ਜੋਰਾਂ ਨਾਲ ਕਬੱਡੀ ਪੁਲ ਸਰਦਾਰਾਂ ਦੇ। ਇੱਧਰ ਪੀਤੇ ਦੇ ਲਈ 100 ਰੁਪਇਆ ਬਾਈ ਪਿੰਦਰ ਸਰਾਂ ਜੀ ਉਹਨਾਂ ਵੱਲੋਂ ਮਾਨ ਪੁੱਜ ਗਿਆ, ਬੜਾ ਧੰਨਵਾਦ ਕਰਦੇ ਹਾਂ।
लाओ उधर ले पासे नौजवान ने जफा लाता है पुल्ले वाले ने हां भाई पम्मा जी ਉਹਨਾਂ ਵੱਲੋਂ ਗਰਤੇਜ ਪਾਇਲਟ ਦੇ ਲਈ 100 ਰੁਪਏ ਦਾ ਮਾਨ ਪੁੱਜ ਗਿਆ ਬੜਾ ਧੰਨਵਾਦ ਕਰਦੇ ਆ ਲੈ ਭਾਈ ਜਗਰੂਪ ਜੀ ਉਸ ਨੌਜਵਾਨ ਨੂੰ 100 ਦਾ ਨੋਟ ਪੁੱਜਦਾ ਕਰ ਦਿਓ ਗਰਤੇਜ ਪਾਇਲਟ ਦੇ ਲਈ ਮਾਨ ਹੈ ਇਧਰਲੇ ਪਾਸੇ ਦੇਖ ਨਿਆਰਾ ਇੱਕ ਪਾਸੇ ਵਿੱਕੀ ਹੈ ਇੱਕ ਪਾਸੇ ਕਿਆ ਬਤਾਂ ਪੁੱਲੇ ਵਾਲਾ ਨੌਜਵਾਨ ਔਰ ਪੁਆਇੰਟ ਜਿਹੜਾ ਰੇਡਰ ਦੇ ਖਾਤੇ ਹੈ ਕਿ ਮਾੜਾ ਖੇਡ ਕੇ ਪਲੇਅਰ ਹੁੰਦਾ ਤਕੜਾ ਓਏ ਮਾੜਾ ਖੇਡ ਕੇ ਪਲੇਅਰ ਹੁੰਦਾ ਤਕੜਾ ਤਕੜਾ ਕੋਈ ਸਿੱਧਾ ਨਹੀਂ ਉਹ ਜੰਮਦਾ ਜਿਹੜਾ ਰਾਤੋਂ ਰਾਤ ਫਿਰੇ ਬਾਨੂ ਸਟਾਰ ਉਹ ਨਹੀਂ ਉਹ ਰਹਿੰਦਾ ਕਿਸੇ ਕੰਮ ਦਾ ਨੀਲਾ ਵਾਲਾ ਮੋਣਾ ਗੱਲ ਸੱਚ ਲਿਖਦਾ ਫਿਰ ਹੌਲੀ ਹੌਲੀ ਪੌੜੀ ਬੰਦਾ ਚੜ ਨਹੀਂ ਸਿੱਖਦਾ ਉਧਰਲੇ ਪਾਸੇ ਗਰਤੇਜ ਪਾਇਲਟ ਵਕਤ ਪਾਈ ਫਿਰਦਾ ਫੜਿਆ ਗੁੱਟ ਕਹਿੰਦਾ ਪੁੱਤ ਹੁਣ ਛੁੱਟ ਆਹ ਲੱਕ ਫੜ ਲਿਆ ਨੌਜਵਾਨ ਨੇ ਔਰ ਪੁਆਇੰਟ ਜਿਹੜਾ ਇਸ ਸਮੇਂ ਜਫੀਆਂ ਨੇ ਖਾਤੇ ਚੱਲ ਓਏ ਚੁਪਰਾ ਪਾ ਕਬੱਡੀ ਇਸ ਸਮੇਂ ਪੈਂਦੀ ਆ ਰੇਡ ਖੇਡ ਮੈਦਾਨ ਦੇ ਅੰਦਰ ਇਹ ਹੈ ਗੁੰਮੜਸਰ ਪੁੱਲੇ ਦਾ ਗੱਭਰੂ ਜਿਹੜਾ ਕਬੱਡੀ ਪਾਉਂਦਾ ਹੈ ਤੇ ਨਾਲ ਮੈਂ ਸੱਦਾ ਦੇਵਾਂ ਅਗਲੀ ਕਮੈਂਟਰੀ ਲਈ ਮੁਹੰਮਦ ਗੋਰੀ ਦਵੜੀ ਖਾਨਾ ਉਹ ਵੀ ਖੇਡ ਮੈਦਾਨ ਦੇ ਚਾਦੇ ਵਾਰੀ ਵਾਰੀ ਤੁਹਾਡੀ ਸੇਵਾ ਕਰਦੇ ਰਵਾਂਗੇ ਪੰਜਾਬੀ ਮਾਂ ਬੋਲੀ ਦੀ ਸਾਂਝ ਤੁਹਾਡੇ ਨਾਲ ਪਾਉਂਦੀ ਰਵਾਂਗੇ ਲਾਓ ਖੇਡ ਮੈਦਾਨ ਦੇ ਅੰਦਰ ਇਸ ਸਮੇਂ ਚੱਲਿਆ ਕਬੱਡੀ ਪਾਉਣ ਪੀਤਾ ਇੱਕ ਦੌਦਰ ਦੀ ਧਰਤੀ ਦਾ ਇੱਕ ਭਗਤੇ ਵਾਲਾ ਪੀਤਾ ਇੱਕ ਇਹ ਪੀਤਾ ਬਲਾੜ ਵਿੰਜੂ ਦਾ ਆਹ ਦੇਖ ਆਹ ਮੱਛੀ ਵਾਂਗੂ ਤਰ ਗਿਆ ਪੁਆਇੰਟ ਜਿਹੜਾ ਇਸ ਸਮੇਂ ਰੇਡਰ ਦੇ ਖਾਤੇ ਰੰਗ ਜ਼ਰੂਰ ਸਾਵਲਾ ਰੰਗ ਮੁੰਡੇ ਦਾ ਜ਼ਰੂਰ ਰਾਜਸਥਾਨ ਦੀ ਫੀ ਮਰ ਗਿਆ ਪਰ ਬੜਾ ਸ਼ਕਤੀਸ਼ਾਲੀ ਹੈ ਇਹ ਨੌਜਵਾਨ ਫਿਰ ਚੱਲਿਆ ਕਬੱਡੀ ਪਾਉਣ ਇਹ ਗੁੰਮੜਸਰ ਪੁੱਲੇ ਦਾ ਤੇ ਇੱਕ ਪਾਸੇ ਲੱਖਾ ਫੇਰ ਛੇੜ ਲਿਆ ਭਰਿੰਡਾਂ ਵਾਲਾ ਖੱਖਰ ਕਿਆ ਬਤਾ ਮੁਕਾਬਲੇ ਹੋ ਗਏ ਆ ਸਖਤ ਇਧਰਲੇ ਪਾਸੇ ਫਿਰ ਪਾਤਾ ਲੱਖੇ ਦੇ ਵਕਤ ਉੱਡ ਗਈ ਆ ਧੂੜ ਫਿਰ ਪਾਤਾ ਹੈ ਜੂੜ ਆਹ ਢਾ ਕੇ ਹਿੱਕ ਤੇ ਬਹਿ ਗਿਆ ਜਿਵੇਂ ਨੰਬਰਦਾਰ ਨੁਤਰੀ ਝੋਟਾ ਢਾ ਲੈਂਦਾ ਇਧਰਲੇ ਪਾਸੇ ਮਾਰ ਦੋ ਤਾੜੀਆਂ ਦੋ ਹੱਲਾ ਛੇਰੀ ਇਹ ਹੈ ਲੱਖਾ 100 ਰੁਪਇਆ ਸਪੋਰਟਸ ਕਲੱਬ ਵੱਲੋਂ ਉਧਰ ਸਾਡੇ ਬਾਈ ਬੂਟਾ ਜੀ ਵਰਿੰਦਰ ਜੀ ਜੈਸੀ ਜੀ ਹੱਥ ਖੜਾ ਕਰਦੇ ਆ ਕਿ ਬਾਬਾ ਸਿੱਧ ਸਪੋਰਟਸ ਕਲੱਬ ਵੱਲੋਂ 100 ਰੁਪਇਆ ਇਸ ਨੌਜਵਾਨ ਦੇ ਲਈ ਹੈ ਚੱਲਿਆ ਕਬੱਡੀ ਪਾਉਣ ਖੇਡ ਮੈਦਾਨ ਦੇ ਅੰਦਰ ਇਹ ਹੈ ਕਲੀ ਵਾਲੇ ਵੀਰ ਨੂੰ ਬੇਨਤੀ ਹੈ ਕਲੀ ਪਾ ਦੇ ਕਿ ਧਰਤੀ ਨੂੰ ਕਲੀ ਕਰਾ ਦੇ ਨੱਚੂਗੀ ਸਾਰੀ ਰਾਤ ਆਹ ਗਰਤੇਜ ਪਾਇਲਟ ਐਨ ਦੇਖਦਾ ਫਿਰ ਲਿੱਪੀ ਜਾਂਦਾ ਛੜੇਰੀ ਸਮਾਧ ਨੂੰ ਆਹ ਦੇਖਦੇ ਆ ਨੌਜਵਾਨ ਨੇ ਕਮਾਲਾ ਕੀਤੀਆਂ ਇਧਰਲੇ ਪਾਸੇ ਲੱਗਦੀ ਆ ਲੋਟਰੀ ਤੇ ਲੋਟਰੀ ਫਿਰ ਕੀੜੇ ਵਾਂਗੂ ਫੜ ਕੇ ਘਸਾਈ ਜਾਂਦਾ ਟੋਟਰੀ ਬਿਹਤਰੀਨ ਜੱਫਾ ਜਿਹੜਾ ਇਸ ਸਮੇਂ ਨੌਜਵਾਨ ਨੇ ਲਾ ਦਿੱਤਾ ਇਹ ਹੈ ਪੁੱਲੇ ਵਾਲਾ ਗੁਰਤੇਜ ਪਾਇਲਟ ਜਿਹੜਾ ਜੱਫੇ ਦੀ ਗੱਲ ਕਰਦਾ ਹਾਂਜੀ ਅਗਲੀਆਂ ਟੀਮਾਂ ਰੱਗੂਵਾਲਾ ਤੇ ਮੁਕਾਬਲਾ ਜਿਹੜਾ ਹੋਣਾ ਹੈ ਬਾਬਾ ਰਾਜਾ ਰਾਮ ਕਲੱਬ ਰਮਾਣੇ ਦੀਆਂ ਟੀਮਾਂ ਵਿਚਕਾਰ ਇਹ ਵੀ ਟੀਮਾਂ ਆਪਣੇ ਆਪ ਨੂੰ ਤਿਆਰੀ ਖਿੱਚ ਲੈਣ ਬਹੁਤ ਵਧੀਆ ਨਜ਼ਾਰਾ ਮਾਂ ਖੇਡ ਕਬੱਡੀ ਦਾ ਤੁਸੀਂ ਦੇਖਣਾ ਹੈ ਕਬੱਡੀ 52 ਕਿਲੋ ਦੇ ਬੜੇ ਦਿਲਚਸਪ ਮੁਕਾਬਲੇ ਖੇਡੇ ਜਾ ਰਹੇ ਹੈ ਕਬੱਡੀ ਓਪਨ ਦੀਆਂ ਜਿਵੇਂ ਜਿਵੇਂ ਟੀਮਾਂ ਪਹੁੰਚ ਰਹੀਆਂ ਉਹ ਨਾਲ ਦੀ ਨਾਲ ਐਂਟਰ ਹੋ ਜਾਓ ਕਬੱਡੀ ਓਪਨ ਬਾਜੀ ਬਾ ਇਧਰਲੇ ਪਾਸੇ ਜੱਫਾ ਲੱਗਿਆ ਕਲੀ ਵਾਲੇ ਵੀਰ ਨੂੰ ਬੇਨਤੀ ਹੈ ਕਲੀ ਪਾ ਦੇ ਕਲੀ ਵਾਲਾ ਵੀਰ ਚੱਲਿਆ ਕਬੱਡੀ ਪਾਉਣ ਖੇਡ ਮੈਦਾਨ ਦੇ ਅੰਦਰ ਇਹ ਨੌਜਵਾਨ ਕੀਤਾ ਹੋਇਆ ਟੱਚ ਹੈ ਹਲਕਾ ਜਿਹਾ ਟੱਚ ਨੌਜਵਾਨ ਨੇ ਕੀਤਾ ਪੁਆਇੰਟ ਰੇਡਰ ਦੇ ਖਾਤੇ ਹੈ ਪੀਤਾ ਚੱਲਿਆ ਪਰ ਮੈਚ ਹੋ ਗਿਆ ਸਮਾਪਤ ਦੋਵੇਂ ਟੀਮਾਂ ਆਪਣੇ ਪੈਸੇ ਲੈ ਜਾਓ ਇਧਰ ਮੇਰਾ ਵੀਰ ਪੰਮਾ ਉਹਨਾਂ ਵੱਲੋਂ 100 ਰੁਪਇਆ ਪੀਤੇ ਦੇ ਲਈ ਮਾਨ ਪੁੱਜਿਆ ਹਾਂਜੀ ਤਾਂ ਹੁਣ ਜਿਹੜਾ ਮੁਕਾਬਲਾ ਇੱਕ ਪਾਸੇ ਟੀਮ ਹੈ ਖੇਡ ਮੈਦਾਨ ਦੇ ਅੰਦਰ ਰੱਗੂਵਾਲਾ ਤੇ ਰਮਾਣਿਆਂ ਦਾ ਮੁਕਾਬਲਾ ਹੁਣ ਤੁਸੀਂ ਤੱਕਣਾ
उस तो बाद तीर्थ दस क्लब बुटर सिंह ते पिपली पैरो वरसे बाबा जीवन क्लब सेवगा दी टीमां दा मुकाबला होना है ते अगली कमेंट्री बहुत प्यारा वीर मुहम्मद गोरी दबड़ी खाना हाँ जी हेलो 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 हाँ जी रघुआने की टीम ए वीर जी इधर पासे आ चुकी है रघुआने की दूसरी साइड जो टीम है ट्रकों वाली साइड ये टीम रोमाणा अजीत सिंह पिंड की टीम इधरले पासे पहुंच चुकी है कि धरत मालवे की महकां की राणी है इत्थे गिद्धे भंगड़े की एक रीत पुराणी है ये धरत मालवे की महकां की राणी है अज मालवे का ਇਹ ਪ੍ਰਸਿੱਧ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਤੇ ਮੇਰੇ ਵੀਰੋ ਪ੍ਰਸਿੱਧ ਮੰਡੀ ਗੋਨਿਆਣਾ ਅਤੇ ਪ੍ਰਸਿੱਧ ਨਗਰ ਬਲਾੜ ਵਿੰਝੂਗਾ ਦੀ ਧਰਤੀ ਤੇ ਇਹ ਗੁਰੂਆਂ ਪੀਰਾਂ ਦੀ ਪਾਵਨ ਪਵਿੱਤਰ ਧਰਤੀ ਇਸ ਧਰਤੀ ਤੇ ਲੱਗੀਆਂ ਹੋਈਆਂ ਅੱਜ 22ਵਾਂ ਕਬੱਡੀ ਟੂਰਨਾਮੈਂਟ ਅਤੇ ਸੱਭਿਆਚਾਰਕ ਮੇਲਾ ਜਿੱਥੇ ਵੱਡਾ ਉਦਮ ਹੈ ਸਮੂਹ ਨੌਜਵਾਨ ਵੀਰਾਂ ਦਾ ਵੱਡਾ ਉਦਮ ਹੈ ਮੇਰੇ ਵੀਰੋ ਬਾਬਾ ਸਿੱਧ ਤਿਲਕਰੇ ਉਹਨਾਂ ਦਾ ਵੱਡਾ ਸਹਿਯੋਗ ਟੂਰਨਾਮੈਂਟ ਕਮੇਟੀ ਦਾ ਨਗਰ ਨਿਵਾਸੀ ਐਨਆਰਏ ਵੀਰਾਂ ਦਾ ਵੱਡਾ ਸਹਿਯੋਗ ਅਤੇ ਇਸ ਨਗਰ ਦੇ ਮੇਰੇ ਵੀਰੋ ਸਟਾਰ ਕਲਾਕਾਰ ਅੰਮ੍ਰਿਤ ਮਾਨ ਦਾ ਵੱਡਾ ਸਹਿਯੋਗ ਹੈ ਇਸ ਚੱਲ ਰਹੀਆਂ ਖੇਡ ਦੇ ਲਈ ਵੱਡਾ ਯੋਗਦਾਨ ਹੈ ਲੋ ਇਧਰੋਂ ਜੋੜੀਏ ਕਬੱਡੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਲੋ ਅਗਲੀ ਰੇਡ ਪਾਉਣ ਦੇ ਲਈ ਰੋਮਾਣਾ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਨੌਜਵਾਨ ਤਰਸੇਮ ਸਿੰਘ ਨਾਮ ਹੈ ਰੋਮਾਣਾ ਅਜੀਤ ਸਿੰਘ ਨਗਰ ਹੈ ਲੋ ਖੇਡ ਮੈਦਾਨ ਦੇ ਵਿੱਚ ਕਿ ਖੇਡਦਾ ਕਬੱਡੀ ਅਜੇ ਪਹਿਲੀ ਰੇਡ ਪਾਈ ਹੋਵੇ ਜੱਫਾ ਪੈਂਦਾ ਵੇਖ ਤਾੜੀ ਲੋਕਾਂ ਨੇ ਵਜਾਈ ਹੋਵੇ ਇੱਕ ਜੋਰ ਨਾਲ ਪਹਿਲਾ ਡੇਢ ਅੰਕ ਲਿਆ ਕੇ ਥਾਪੀ ਮਾਰ ਜਦੋਂ ਲੈਣੀ ਉੱਤੇ ਖੜਦਾ ਫਿਰ ਚਿੱਤ ਗੱਭਰੂ ਦਾ ਕਹਿੰਦੇ ਉੱਡਜੂ ਕਰਦਾ ਫਿਰ ਚਿੱਤ ਗੱਭਰੂ ਦਾ ਕਹਿੰਦੇ ਉੱਡਜੂ ਕਰਦਾ ਲੋ ਇਧਰੋਂ ਲੱਗਦਾ ਹੋਇਆ ਜੱਫਾ ਰਘੂਆਣੇ ਪਿੰਡ ਵਾਲਾ ਚੁੱਪੜ ਐਨ ਲਾਉਂਦਾ ਹੋਇਆ ਜੱਫਾ ਇਧਰੋਂ ਕਹਿੰਦੇ ਵੀ 365 kabaddi.com ਵਾਲੇ ਸੇਲਬਰੇ ਵਾਲੇ ਸਮੁੱਚੀ ਟੀਮ ਲੈ ਕੇ ਆਪਣੀ ਪਹੁੰਚੇ ਨੇ ਹੈਪੀ ਵਰਗੇ ਸਾਡੇ ਪ੍ਰਦੀਪ ਸਾਡੇ ਵੀਰ ਵਰਗੇ ਉੱਥੇ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਅੱਜ ਦਾ ਇਹ ਜੋ ਟੂਰਨਾਮੈਂਟ ਹੈ ਪੂਰੇ ਦੁਨੀਆ ਦੇ ਵਿੱਚ ਸਾਰੇ ਦੇਸ਼ਾਂ ਦੇ ਵਿੱਚ ਮੇਰੇ ਵੀਰੋ ਲਾਈਵ ਟੈਲੀਕਾਸਟ ਦਿਖਾਇਆ ਜਾਵੇਗਾ ਲੋ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਲੋ ਧੰਨਵਾਦ ਕਰਦੇ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਨਿਊ ਫੈਸ਼ਨ ਪੁਆਇੰਟ ਵਾਲੇ ਬਲਾੜ ਵਾਲਿਆਂ ਦਾ ਜਿਨ੍ਹਾਂ ਨੇ ਮੇਰੇ ਬੋਲਣ ਤੋਂ ਖੁਸ਼ ਹੋ ਕੇ 200 ਰੁਪਏ ਦਾ ਵੱਡਾ ਮਾਣ ਪਹੁੰਚਾਇਆ ਇਹਨਾਂ ਦਾ ਧੰਨਵਾਦ ਕਰਦੇ ਹਾਂ ਨਿਊ ਫੈਸ਼ਨ ਪੁਆਇੰਟ ਵਾਲੇ ਵੀਰਾਂ ਦਾ ਹਾਂਜੀ ਹਾਂਜੀ ਅਗਲਾ ਮੈਚ ਪਿਪਲੀ ਵਰਸਿਜ ਸ਼੍ਰੀ ਬੁੱਟਰ ਇਹ ਟੀਮਾਂ ਤਿਆਰ ਰਹਿਣ ਪਿਪਲੀ ਵਰਸਿਜ ਸ਼੍ਰੀ ਬੁੱਟਰ ਦੀਆਂ ਟੀਮਾਂ ਨੂੰ ਬੇਨਤੀ ਹੈ ਕਿ ਟੀਮਾਂ ਆਪਣੇ ਆਪ ਨੂੰ ਤਿਆਰ ਪੁਰ ਤਿਆਰ ਰੱਖਣ ਚੱਲ ਵੀ ਨੌਜਵਾਨ ਪਾਵਰ ਰੇਡ ਲੋਕ ਖੇਡ ਮੈਦਾਨ ਦੇ ਵਿੱਚ ਅਗਲੀ ਰੇਡ ਆ ਨੌਜਵਾਨ ਕਹਿੰਦੇ ਵੀ ਗੋਰੀ ਕਹਿੰਦੇ ਆ ਲੋਕ ਖੇਡ ਮੈਦਾਨ ਦੇ ਵਿੱਚ ਅਗਲੀ ਰੇਡ ਸ਼ਾਟ ਮੇਰੇ ਸਰੀਰ ਵਾਲਾ ਚੋਪਰ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਸਮੂਹ ਟੂਰਨਾਮੈਂਟ ਪ੍ਰਬੰਧਕ ਕਮੇਟੀ ਅਤੇ ਗ੍ਰਾਮ ਪੰਚਾਇਤਾਂ ਦਾ ਅਹੁਦੇਦਾਰ ਵੀਰਾਂ ਦਾ ਵੱਡਾ ਉਦਮ ਹੈ ਅੱਜ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਇਸ ਨਗਰ ਦੇ ਵਿੱਚ ਆਪਣੇ ਨਗਰ ਦੇ ਵਿੱਚ ਵੱਡਾ ਖੇਡ ਮੇਲਾ ਦੇ ਕੇ ਇਤਿਹਾਸ ਰਚਿਆ ਲੋ ਦੂਸਰੇ ਪਾਸੇ ਇੱਕ ਪਾਸੇ ਰੋਮਾਣਾ ਅਜੀਤ ਸਿੰਘ ਦੀ ਧਰਤੀ ਦਾ ਜਾਫੀ ਇਸ ਟਾਈਮ ਪੂਰੀ ਕੋਸ਼ਿਸ਼ ਕਰਦਾ ਹੋਇਆ ਪਰ ਨੌਜਵਾਨ ਇਹ ਫੌਲ ਹੈ ਇਹ ਗੱਲ ਦੇ ਵਿੱਚ ਗਾਨੀ ਪਾਉਣੀ ਵੀ ਫੌਲ ਹੈ ਪਰ ਤੁਸੀਂ ਥੋੜੇ ਜਿਹੇ ਸਮਝਦਾਰ ਹੋ ਪਲੇਅਰ ਬੇਨਤੀ ਹੈ ਕਿ ਗੱਲ ਦੇ ਵਿੱਚ ਕੋਈ ਇਹੋ ਜਿਹੀ ਗਾਨੀ ਨਾ ਪਾਈ ਹੋਵੇ ਕਈ ਵਾਰੀ ਗੱਲ ਦੇ ਵਿੱਚ ਫਿਰ ਜਾਂਦੀ ਹੈ ਫਿਰ ਨੁਕਸਾਨ ਹੋ ਜਾਂਦਾ ਹੈ ਇਸ ਗੱਲਾਂ ਨੂੰ ਤੁਸੀਂ ਧਿਆਨ ਰੱਖਿਓ ਕਿਉਂਕਿ ਫੈਡਰੇਸ਼ਨ ਦੇ ਰੂਲ ਦੇ ਮੁਤਾਬਕ ਕਿ ਫਾਉਲ ਹੈ ਗੱਲ ਦੇ ਵਿੱਚ ਪਾਉਣੀ ਲੋਕ ਖੇਡ ਮੈਦਾਨ ਦੇ ਵਿੱਚ ਤਰਸੇਮ ਅਗਲੀ ਰੇਡ ਪਾਉਣ ਦੇ ਲਈ ਵਾਧਾ ਹੋਇਆ ਕਿ ਲੋਹੇ ਜਿਹੇ ਪੱਟ ਹੋਣ ਮਾਰ ਮਾਰ ਥਾਪੀਆਂ ਫਿਰ ਛਾਤੀਆਂ ਨਾ ਜਾਣ ਜਦੋਂ ਗਜਾਂ ਵਿੱਚ ਨਾਪੀਆਂ ਲਾਲੀ ਪੈਂਦੀ ਪਿੰਡਿਆਂ ਤੇ ਗਿੱਠ ਗਿੱਠ ਚਾੜਦੀ ਫਿਰ ਲੱਭਦੀ ਨਾ ਹਾਰੇ ਵਿੱਚੋਂ ਦੁੱਧ ਵਾਲੀ ਕਾੜਨੀ
ਲੱਭਦੀ ਨਾ ਹਾਰੇ ਵਿੱਚੋਂ ਦੁੱਧ ਵਾਲੀ ਕਾੜਨੀ ਖਾਧੀਆਂ ਹੋਈਆਂ ਖੁਰਾਕਾਂ ਤੇ ਮਾਰੀਆਂ ਹੋਈਆਂ ਮਿਹਨਤਾਂ ਲੋ ਖੇਡ ਮੈਦਾਨ ਵਿੱਚ ਮੁੱਲ ਪੈਂਦੇ ਨੇ ਲੋ ਅੱਗੇ ਵੱਧ ਕੇ ਪੀਤਾ ਪਾਣੀ ਦਾ ਘੁੱਟ ਲੋ ਤਾਣ ਦਿੱਤਾ ਸੀਨਾ ਤੇ ਪੂੰਝਦਾ ਪਸੀਨਾ ਤੇ ਅੱਗੇ ਵੱਧ ਕੇ ਬੋਲਦਾ ਹੋਇਆ ਧਾਵਾ ਨੌਜਵਾਨੇ ਐਂਡ ਕਹਿੰਦੇ ਵੀ ਪਾਣੀ ਦਾ ਘੁੱਟ ਪੀਤਾ ਦੋ ਬੁੱਲ ਇੱਕ ਸੰਘ ਇੱਕ ਜੀਭ ਤੇ ਬੱਤੀ ਦੰਦ ਗਿੱਲੇ ਕੀਤੇ ਹੈ ਲੋ ਅੱਗੇ ਵੱਧ ਕੇ ਬੋਲਦਾ ਹੋਇਆ ਧਾਵਾ ਪਰ ਇਸ ਪਾਸੇ ਆ ਰੁਮਾਣਾ ਵਾਲਾ ਮੇਰੇ ਵੀਰੋ ਗੋਰੇ ਦਾ ਪੇਂਡੂ ਧੂਰੇ ਦਾ ਪੇਂਡੂ ਨਿੰਦਰੇ ਦਾ ਪੇਂਡੂ ਕੁਲਵਿੰਦਰ ਰੁਮਾਣਾ ਵਾਲੇ ਦਾ ਪੇਂਡੂ ਇਸ ਟਾਈਮ ਜਫਾ ਨਹੀਂ ਲੈ ਸਕਿਆ ਪੁਆਇੰਟ ਧਾਵੀ ਦੇ ਖਾਤੇ ਜੁੜਦਾ ਹੋਇਆ ਮੇਰੇ ਤੋਂ ਪਹਿਲੋ ਸਾਡੇ ਬਹੁਤ ਹੀ ਸਤਿਕਾਰਯੋਗ ਕਬੱਡੀ ਦਾ ਪ੍ਰਸਿੱਧ ਬੁਲਾਰਾ ਲੱਖਾ ਬਰਾੜ ਪਿੰਡ ਉਕੰਦ ਵਾਲਾ ਇਸ ਮਾਈਕ ਦੇ ਉੱਪਰ ਸਾਂਝ ਪਾ ਕੇ ਗਿਆ ਉਸ ਵੀਰ ਦਾ ਵੀ ਧੰਨਵਾਦ ਕਰਦੇ ਹਾਂ ਪਰ ਆਹ ਖਿਡਾਰੀ ਵੀ ਖੇਡ ਮੈਦਾਨ ਦੇ ਵਿੱਚ ਤਰਸੇਮ ਪੁਆਇੰਟ ਆਪਣੇ ਖਾਤੇ ਦੇ ਵਿੱਚ ਜੋੜਦਾ ਹੋਇਆ ਪੂਰਾ ਨਾਂ ਕਹਿੰਦੇ ਵੀ ਤਰਸੇਮ ਹੈ ਪਰ ਕਬੱਡੀ ਦੇ ਵਿੱਚ ਆਹ ਨੌਜਵਾਨ ਨੂੰ ਬਿੱਲਾ ਕਹਿੰਦੇ ਹੈ ਪਰ ਪੁਆਇੰਟ ਤਰਸੇਮ ਦੇ ਖਾਤੇ ਜੁੜਦਾ ਹੋਇਆ ਅਗਲੀ ਰੇਡ ਗੋਰੀ ਨੌਜਵਾਨ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਨੌਜਵਾਨ ਹੈਲੋ ਹੈਲੋ ਬਹੁਤ ਹੀ ਪਿਆਰਾ ਸਾਊਂਡ ਸਾਡੇ ਵੀਰ ਗੱਬਰ ਸਾਊਂਡ ਵੀਰ ਜੀ ਇੱਧਰ ਲਈਆਂ ਬੀਨਾਂ ਚਲਾਈਆਂ ਨੇ ਕਿ ਬੰਦ ਹੈ ਥੋੜੀਆਂ ਬੰਦ ਹੋ ਜਾਂਦੀਆਂ ਕਿਤੇ ਚੱਲ ਪੈਂਦੀਆਂ ਤੁਸੀਂ ਦੇਖ ਲਓ ਕਿਉਂਕਿ ਉਮਰੀਆਣਾ ਪਿੰਡ ਗੱਬਰ ਸਾਊਂਡ ਨੇ ਪ੍ਰਸਿੱਧ ਕੀਤਾ ਉੱਥੇ ਬੂਟਾ ਉਮਰੀਆਣਾ ਕਬੱਡੀ ਦਾ ਪ੍ਰਸਿੱਧ ਬੁਲਾਰਾ ਉਹਨਾਂ ਨੇ ਵੀ ਪ੍ਰਸਿੱਧ ਕੀਤਾ ਪਰ ਇੱਧਰ ਕਹਿੰਦੇ ਵੀ ਕਬੱਡੀ ਦੇ ਵਿੱਚ ਰਘੂ ਆਣੇ ਦਾ ਜਾਫੀ ਐਨਕ ਅੜੀਅਲ ਜਿਹਾ ਸਵਾਦ ਆ ਮਿਹਣੋ ਮਿਹਣੀ ਹੁੰਦੀ ਹੋਈ ਜਵਾਨੀ ਲੋਕ ਖੇਡ ਮੈਦਾਨ ਦੇ ਵਿੱਚ ਪੁਆਇੰਟ ਧਾਵੀ ਦੇ ਖਾਤੇ ਪੁਆਇੰਟ ਨੌਜਵਾਨ ਪਰਮਾਣਾ ਅਜੀਤ ਸਿੰਘ ਦੀ ਟੀਮ ਦੇ ਖਾਤੇ ਜੁੜਦਾ ਹੋਇਆ ਜਾਫ ਲੈਣ ਦੇ ਵਿੱਚੋਂ ਨੌਜਵਾਨ ਨੇ ਹੌਸਲਾ ਕਰਕੇ ਕਬੱਡੀ ਪਾਉਣ ਦੇ ਲਈ ਵਧਿਆ ਪਰ ਜੁੜਦਾ ਹੋਇਆ ਸਾਰੇ ਹੀ ਅਫੀਸ਼ੀਅਲ ਵੀਰਾਂ ਦਾ ਧੰਨਵਾਦ ਕਰਦੇ ਹਾਂ ਸੂਬਾ ਭੋਡੀਪੁਰਾ ਭਿੱਖੀ ਵਾਲਾ ਅਤੇ ਨਾਲ ਸੁਖੀ ਭਗਤ ਭਾਈਕਾ ਅਤੇ ਡੋਗਰ ਭਿੱਖੀ ਇਹਨਾਂ ਸਾਰੇ ਹੀ ਕਬੱਡੀ ਦੇ ਅਫੀਸ਼ੀਅਲਾਂ ਦਾ ਧੰਨਵਾਦ ਕਰਦੇ ਹਾਂ ਟਾਈਮ ਆਊਟ ਜੀ ਰੇਤਾ ਲਾ ਦਿਓ ਵੀਰ ਜੀ ਰੇਤਾ ਲਾ ਦਿਓ ਖਿਡਾਰੀਆਂ ਨੂੰ ਬੇਨਤੀ ਹੈ ਜਿਹਨੇ ਇਸ ਤੋਂ ਬਾਅਦ ਬਾਹਾਂ ਨੂੰ ਪਾਣੀ ਜਾਂ ਆਪਣੀ ਛਾਤੀ ਦੇ ਉੱਪਰ ਪਹਾਰੇ ਦੇ ਨਾਲ ਪਾਣੀ ਡੋਲਿਆ ਤੇ ਪਾਣੀ ਬੰਦ ਕੀਤਾ ਜਾਵੇਗਾ ਬਾਅਦ ਦੇ ਵਿੱਚ ਨਾ ਕਹਿਣਾ ਵੀਰ ਜੀ ਕਿ ਪਾਣੀ ਬੰਦ ਕਰ ਦਿੱਤਾ ਇਹ ਪਲੇਅਰ ਧਿਆਨ ਰੱਖਣ ਪਲੇਅਰਾਂ ਨੂੰ ਬੇਨਤੀ ਹੈ ਕਿ ਤੁਸੀਂ ਸਾਡਾ ਸਾਥ ਦਿਓ ਚੱਲ ਵੀ ਨੌਜਵਾਨਾਂ ਪਾ ਫਿਰ ਰਾਈ ਹੱਥਾਂ ਨੂੰ ਕਲੀ ਅਤੇ ਕਰੇ ਮੌਲਾ ਭਲੀ ਜਿੰਦ ਵਿਰੋਧੀਆਂ ਦੇ ਵਿਹੜੇ ਚਲੀ ਲੋ ਚਾਰ ਜਾਫੀਆਂ ਦੇ ਉੱਪਰ ਬੋਲਿਆ ਹੋਇਆ ਧਾਵਾ ਤਿੰਨ ਜਾਫੀਆਂ ਦੇ ਉੱਪਰ ਪਰਮਾਣਾ ਅਜੀਤ ਸਿੰਘ ਦੀ ਧਰਤੀ ਖਿਡਾਰੀਆਂ ਦੀ ਧਰਤੀ ਪਰ ਦੂਸਰੇ ਪਾਸੇ ਪੁੱਠੀ ਕੈਂਚੀ ਪਾਈ ਹੈ ਜਿਵੇਂ ਸਿਆਣੇ ਕਹਿੰਦੇ ਨੇ ਕਿ ਅਠੂਰ ਵਾਲੇ ਸਰਗਵਾਸੀ ਛਾਂਗੇ ਦੀ ਕੱਢੀ ਹੋਈ ਕਾਰਡ ਹੈ ਪੁੱਠੀ ਕੈਂਚੀ ਲੋ ਖੇਡ ਮੈਦਾਨ ਦੇ ਵਿੱਚ ਲਾਉਂਦਾ ਹੋਇਆ ਜਫਾ ਪੁਆਇੰਟ ਜਾਫੀਆਂ ਦੇ ਖਾਤੇ ਪੁਆਇੰਟ ਰੁਮਾਣਿਆਂ ਦੀ ਟੀਮ ਦੇ ਖਾਤੇ ਜੁੜਦਾ ਹੋਇਆ ਚੱਲ ਵੀ ਤਰਸੇਮ ਪਾ ਫਿਰ ਰੇਡ ਲੋ ਤਰਸੇਮ ਜਾ ਕੇ ਹੋਰ ਜਾਫੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧੇਗਾ ਲੈਣ ਦੇ ਵਿੱਚ ਹੌਸਲਾ ਕੀਤਾ ਅੱਗੇ ਵੱਧ ਕੇ ਬੋਲਦਾ ਹੋਇਆ ਧਾਵਾ ਅਗਲੀਆਂ ਟੀਮਾਂ ਸ਼੍ਰੀ ਬੁੱਟਰ ਤੇ ਪਿਪਲੀ ਇਹ ਟੀਮਾਂ ਆਪਣੇ ਆਪ ਨੂੰ ਤਿਆਰ ਰੱਖਣ ਸ਼੍ਰੀ ਬੁੱਟਰ ਤੇ ਪਿਪਲੀ ਲੈ ਨੌਜਵਾਨਾਂ ਘਰੋਂ ਬਾਹਰ ਹੋ ਗਿਆ ਇਹ ਵੀ ਨੌਜਵਾਨ ਭੋਡੀਪੁਰੇ ਦਾ ਸੂਬਾ ਹੈ ਕਿਉਂਕਿ ਇਸ ਏਰੀਏ ਦੇ ਵਿੱਚ ਇਸ ਨੌਜਵਾਨ ਨੇ ਆਪਣੇ ਜਵਾਨੀ ਪਹਿਰ ਦੇ ਵਿੱਚ 62 ਕਿਲੋ ਵਜਨ ਦੇ ਵਿੱਚ ਬਹੁਤ ਤਕੜੀ ਕਬੱਡੀ ਖੇਡੀ ਹੈ ਇਸ ਏਰੀਏ ਨੂੰ ਮਾਣ ਹੈ ਮੇਰੇ ਵੀਰੋ ਅੱਜ ਕਹਿੰਦੇ ਵੀ ਯਾਰੀਆਂ ਪਗਾਈਆਂ ਸਾਡੇ ਵੀਰਾਂ ਨੇ ਸੂਬੇ ਨੂੰ ਇੱਥੇ ਸੱਦ ਕੇ ਤੇ ਬੁਲਾ ਕੇ ਮੇਰੇ ਵੀਰੋ ਵੱਡਾ ਪਿਆਰ ਬਖਸ਼ਿਆ ਹੈ ਲੋ ਖੇਡ ਮੈਦਾਨ ਦੇ ਵਿੱਚ ਮਿਹਣੋ ਮਿਹਣੀ ਹੁੰਦੀ ਹੋਈ ਜਵਾਨੀ ਪੁਆਇੰਟ ਧਾਵੀ ਦੇ ਖਾਤੇ ਜੁੜਦਾ ਹੋਇਆ ਪੁਆਇੰਟ ਰਘੂਆਣੇ ਦੀ ਟੀਮ ਦੇ ਲਈ ਜੁੜਦਾ ਹੋਇਆ ਇੱਕ ਨੰਬਰ ਦਾ ਵਾਧਾ ਆਪਣੀ ਟੀਮ ਦੇ ਲਈ ਕਰਦਾ ਹੋਇਆ ਨਾ ਚੱਲ ਵੀ ਚੋਬਰਾ ਪਾ ਫਿਰ ਰੇਡ ਲੋ ਖੇਡ ਮੈਦਾਨ ਦੇ ਵਿੱਚ ਅੱਗੇ ਵੱਧ ਕੇ ਫਿਰ ਬੋਲਦਾ ਹੋਇਆ ਧਾਵਾ ਜਾਫ ਲੈਣ ਦੇ ਵਿੱਚੋਂ ਚੋਬਰ ਲਗਾਤਾਰ ਕਬੱਡੀਆਂ ਪਾ ਰਿਹਾ ਲੈ ਵੀ ਰਘੂਆਣੇ ਉਹ ਲਾਓ ਜੱਫਾ ਤੇ ਦਰਸ਼ਕ ਵੀਰ ਵੀ ਤਾੜੀਆਂ ਤੇ ਚੀਕਾਂ ਮਾਰਨਗੇ ਪਰ ਇਸ ਪਾਸੇ ਰੁਮਾਣਾ ਵਾਲਾ ਚੋਬਰ ਇੱਕ ਪਾਸੇ ਜਾਫੀ ਲੰਮੀ ਜਿਹੀ ਸਪਰਿੰਟ ਲੈਂਦਾ ਹੋਇਆ ਰੇਡਰ ਪਰ ਦੂਸਰੇ ਪਾਸੇ ਪੁਆਇੰਟ ਧਾਵੀ ਦੇ ਖਾਤੇ ਪੁਆਇੰਟ ਰੁਮਾਣੇ ਦੀ ਟੀਮ ਦੇ ਖਾਤੇ ਜੁੜਦਾ ਹੋਇਆ ਇੱਕ ਨੰਬਰ ਦਾ ਵਾਧਾ ਆਪਣੀ ਟੀਮ ਦੇ ਲਈ ਕਰਦਾ ਹੋਇਆ ਨੌਜਵਾਨ ਚੱਲ ਵੀ ਚੋਬਰਾ ਕਿਲੋ ਹੈ ਜਿਹੇ ਪੱਟ ਹੁਣ ਮਾਰ ਮਾਰ ਥਾਪੀਆਂ ਛਾਪੀਆਂ ਨਾ ਜਾਣ ਜਦੋਂ ਫਿਰ ਗਜਾਂ ਵਿੱਚ ਨਾਪੀਆਂ ਲਾਲੀ ਪੈਂਦੀ ਪਿੰਡਿਆਂ ਤੇ ਫਿਰ ਗਿੱਟ ਗਿੱਟ ਚਾੜਨੀ ਲੱਭਦੀ ਨਾ ਹਾਰੇ ਵਿੱਚੋਂ ਦੁੱਧ ਵਾਲੀ ਕਾੜਨੀ ਲੱਭਦੀ ਨਾ ਹਾਰੇ ਵਿੱਚੋਂ ਦੁੱਧ ਵਾਲੀ ਕਾੜਨੀ ਉਹ ਖੇਡ ਮੈਦਾਨ ਦੇ ਵਿੱਚ ਖਾਧੀਆਂ ਹੋਈਆਂ ਖੁਰਾਕਾਂ ਤੇ ਮਾਰੀਆਂ ਹੋਈਆਂ ਮਿਹਨਤਾਂ ਕੀਤੀਆਂ ਹੋਈਆਂ ਮੁਸ਼ਕਤਾਂ ਦੇ ਮੁੱਲ ਅੱਜ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਪੈਣਗੇ ਲੋ ਇੱਕੋ ਜਿਹੀਆਂ ਪੱਟੀਆਂ ਦੇ ਰੰਗ ਨੇ ਇੱਕੋ ਜਿਹਾ ਸਰੀਰ ਨੇ ਇੱਕੋ ਜਿਹੇ ਕੱਦ ਕਾਠ ਨੇ ਇੱਕੋ ਜਿਹਾ ਵਜਨ ਹੈ ਪਰ ਤਕਨੀਕਾਂ
मेरे भीरो वखो वखरियां ने पर इस पासे उखड़े पैर भज्जा धक्का लो पॉइंट ताबी दे खाते पॉइंट रघुआणे दी टीम दे खाते जुड़ा चल भी नौजवाना पाफ रेड पिपली ते श्री पुत्र सिविया ते पैरो ए टीमां नूं बेनती है कि अपने आप नूं तैयार पुर तैयार रखण अगले मैचां दे लई इन्हां दा मैच खेडा जाएगा लोथर सेम सिंह अगली रेड पाउण दे लई बद्ध होया झंडा वाली दी धरती दा शीरा गिल मेरे भीरे अपने समय का प्रसिद्ध खिडारी रहा अज कहते भी बतौर कोचिंग दवावान दिता है ये कमेटी ना भरावान वाला प्यार है मेरे भीरे अमृत मान नाल भरावान वाला प्यार है विशेष तौर पर पहुंचे साढ़े वीर शीरा सवीर नूं भी धन्नवाद करते हैं बहुत ही सत्कारयोग वीर पहुंचे धन्नवाद करते हैं चल भी चुपरा पाफ रेड खेड मैदान अगली रेड पाउण दे लई वाधा होया कि हर जवान ते जवानी अत दीए हर गभरू तो लोगो अंदाज वखरा शरीर छठ में दूरों नजर ही आउंदे जिवें पंछियां च दिसदा वाज वखरा बां कढ के कबड्डी विच रेड पाउंदे टच इन्हां दे लाउण दा काज वखरा जफा पा के तकनीक जे पै लाउणी ते जोर लगदा उदों बेसा वखरा कबड्डी दे नां ते ताड़ी वजदी ऐ डुलदा ग्राउंड विच जहाना शबाब वखरा डुलदा ग्राउंड विच जहाना शबाब वखरा जदों कोई जाफी वधिया जफा लाउंदा ऐ तां रेडर अड़के पॉइंट लैंदा ऐ तां मेरे वीरो दर्शक भी आप मुहारे ताड़ियां मार लग पैंदे ने तो धन्नवाद करदे आ सारी ही कमेटी दा सारे ही जिन्ने भी साडे वीर वड्डा उदम है इस टूरनामेंट नूं करवाउण वास्ते जिन्हां दी अणथक मेहनत इस टूरनामेंट नूं सफल बनाउण वास्ते मेरे वीर जतन कर रही है पर इस पासे हल्का जिहा टच नौजवान ने कीता है तो पॉइंट रोमाणिया दी टीम दे खाते जुड़दा होया श्री बुट्टर ते पिपली ये दोनों टीमां अपने आप नूं अगले मैचां दे लई तैयार पुर तैयार रखण कबड्डी पिंड पद्धर ओपन दीआं टीमां नूं बेनती है भी जेकर कोई टीम पहुंची है इस कबड्डी खेड मेले दे विच तो उन्हां खिडारियां नूं बेनती है कि अपनी टीम जल्द तों जल्द एंटर करवा लैण क्योंकि समय दे मुताबिक ही असीं समय दे हिसाब दे नाल जो कबड्डी ओपन दे मैच शुरू करवा देने है लो इस पासे एक पासे गोरी पर दूसरे पासे नौजवान रोमाणिया वाला जाफी इस टाइम घेरण दी गल रखण दी गल बजदे ने धक्के ते धप्पे वाह के खड़ जाइए जिथे उथे अड़ जाइदा है ते गज्जण तो पहला असी वर जाइदा है पर जान तो प्यारी हुंदी छाण जट नूं आउंदे यार रोकणे तूफान जट नूं आउंदे यार रोकणे तूफान जट नूं तूफान ढक्कण दी मेरे रखण दी जुरत रखदा होया नौजवान जाफी ने जफा लाया ते घरों वार कढ़िया है लो अगली रेड खेड मैदान दे विच लै वी रघुआणे वालों बराबर दी भाजी मुड़ दी जुरत रखदे है ਤਾਂ ਤੁਹਾਨੂੰ ਤਾਂ ਮੰਨੀਏ ਲੋ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਸਾਹਮਣੇ ਰੰਗ ਵਾਲਾ ਜਾਫੀ ਇਸ ਟਾਈਮ ਮੂਹਰੋਂ ਘੇਰਣ ਦੀ ਗੱਲ ਕਰਦਾ ਹੋਇਆ ਇਧਰੋਂ ਸਮਾਂ ਬੀਤਦਾ ਹੋਇਆ ਲੋ ਖੇਡ ਮੈਦਾਨ ਦੇ ਵਿੱਚ ਫੜਿਆ ਹੋਇਆ ਗੁੱਟ ਵੱਜਦੀ ਹੋਈ ਕੈਂਚੀ ਹੰਦੇ ਦੂਰ ਵਾਲੀ ਗੱਲ ਹੰਦੇ ਦੂਰ ਕਿ ਬਾਬਾ ਗੇਰ ਗੱਡੀ ਦਾ ਅੜ ਗਿਆ ਧੱਕਾ ਲੌਂਗੀ ਦਾ ਸਾਹ ਚੜ ਗਿਆ ਤਾੜੀ ਮਾਰ ਦਿਓ ਦਰਸ਼ਕ ਵੀਰੋ ਕਿਉਂਕਿ ਸਿਰੇ ਦਾ ਜੱਫਾ ਲਾਇਆ ਇਹਨੂੰ ਪੰਜਾਬੀ ਚ ਕਹੀਏ ਕਿ ਤੁੰਨ ਕੇ ਜੱਫਾ ਲਾਇਆ ਐਨ ਜੱਟ ਜੱਫਾ ਲਾਇਆ ਲੋ ਖੇਡ ਮੈਦਾਨ ਦੇ ਵਿੱਚ ਪੁਆਇੰਟ ਜਾਫੀਆਂ ਦੇ ਖਾਤੇ ਰਘੁਆਣੀ ਟੀਮ ਦੇ ਖਾਤੇ ਜੁੜਦਾ ਹੋਇਆ ਸ਼ਿੰਗਾਰੇ ਮੇਰੇ ਸ਼ਿੰਗਾਰੇ ਵਾਹ ਲੋ ਖੇਡ ਮੈਦਾਨ ਦੇ ਵਿੱਚ ਪੁਆਇੰਟ ਧਾਵੀ ਦੇ ਖਾਤੇ ਰਘੁਆਣੇ ਵਾਲੇ ਇਸ ਨੌਜਵਾਨ ਦੇ ਖਾਤੇ ਜੁੜਦਾ ਹੋਇਆ ਚੱਲ ਵੀ ਤਰਸੇ ਪਾਫ ਰੇਡ ਲਾਈ ਹੱਥਾਂ ਨੂੰ ਕਲੀ ਅਤੇ ਕਰੇ ਮੌਲਾ ਭਲੀ ਜਿੰਦ ਵਿਰੋਧੀਆਂ ਦੇ ਬੇੜੇ ਚਲੀ ਦੋ ਜਾਫੀ ਕੇ ਦੋ ਵੀਰ ਦੇਈ ਬਿਰਵਾ ਇੱਕ ਮੁਰਛੀ ਤੇ ਦੂਜਾ ਪਟਵਾਰੀ ਦੋ ਵੀਰ ਦੇਈ ਬਿਰਵਾ ਇਹ ਕੁੜੀਆਂ ਦੀ ਬੋਲੀ ਪ੍ਰਸਿੱਧ ਹੋਈ ਪਰ ਆ ਨੌਜਵਾਨ ਉਹੀ ਰੱਖਿਆ ਹੋਇਆ ਧੌਣ ਤੇ ਹੱਥ ਫੜਦਾ ਹੋਇਆ ਗੁੱਟ ਕੇ ਬਾਂਹ ਕੁੱਟ ਕੇ ਫੜ ਲਵੇ ਹਜੇ ਸਾਡੀ ਉਮਰ ਨੇ ਆਣੀ ਮੈਂ ਸੁਣਿਆ ਮੇਲੇ ਚੋ ਵਿਛੜੇ ਕਈ ਰੂਹਾਂ ਦੇ ਹਾਣੀ ਲਓ ਦੂਸਰਾ ਜੱਫਾ ਲਾਇਆ ਨੌਜਵਾਨ ਨੇ ਮੇਰੇ ਵੀਰੋ ਪੁਆਇੰਟ ਰਘੁਆਣੇ ਦੀ ਟੀਮ ਦੇ ਲਈ ਜੋੜਦਾ ਹੋਇਆ ਪਿੱਖੀ ਵਾਲਿਆ ਸਵਾਦ ਆਉਣ ਵਾਲੀ ਗੱਲ ਹੈ ਕਿਉਂਕਿ ਮੈਚ ਬਹੁਤ ਵਧੀਆ ਸੁਬਾਹ ਤੋਂ ਚੱਲ ਰਹੇ ਹੈ ਸਵਾਦ ਆਉਂਦਾ ਹੈ ਕਿਉਂਕਿ ਓਪਨ ਵਰਗ ਦੇ ਵਿੱਚ ਦਰਸ਼ਕ ਵੀਰੋ ਦੁਨੀਆਂ ਦੇ ਸੁਪਰ ਸਟਾਰ ਖਿਡਾਰੀ ਪਹੁੰਚ ਰਹੇ ਹੈ ਅੱਜ ਸਾਡੇ ਪ੍ਰਬੰਧਕਾਂ ਦੇ ਮੋਹ ਭਰੇ ਸੱਦੇ ਤੇ ਜਿੱਥੇ ਕਹਿੰਦੇ ਵੀ ਸੰਦੀਪ ਲੁੱਧਰ ਵਿਸ਼ੇਸ਼ ਤੌਰ ਤੇ ਪਹੁੰਚ ਰਿਹਾ ਹੈ ਭਗਤੇਵਾਲ ਕੇਵਲ ਵਿਸ਼ੇਸ਼ ਤੌਰ ਤੇ ਪਹੁੰਚ ਰਿਹਾ ਹੈ ਮੇਰੇ ਬਾਂਦਰ ਰੋਡ ਦਾ ਸੋਨਾ ਵੀ ਆਪਣੀ ਟੀਮ ਬਣਾ ਕੇ ਲਿਆਵੇਗਾ ਯੰਗੀਆਣ ਦਾ ਗੁਰਪ੍ਰੀਤ ਵੀ ਵਿਸ਼ੇਸ਼ ਤੌਰ ਤੇ ਪਹੁੰਚ ਰਿਹਾ ਹੈ ਹਿੰਮਤਪੁਰੇ ਦੀ ਟੀਮ ਵੀ ਆ ਰਹੀ ਹੈ ਮੇਰੇ ਵੀਰੋ ਦੁਨੀਆਂ ਦੇ ਸਟਾਰ ਖਿਡਾਰੀ ਅੱਜ ਇਹਨਾਂ ਖੇਡ ਮੈਦਾਨਾਂ ਦਾ ਸ਼ਿੰਗਾਰ ਬਣ ਗਏ ਇਸ ਚੱਲਦੇ ਹੋਏ ਮੈਚ ਦੇ ਦੌਰਾਨ ਰਘੁਆਣੇ ਦੀ ਟੀਮ ਜੇਤੂ ਰਹਿਣ ਵਾਲੀ ਟੀਮ ਹੈ ਪ੍ਰਬੰਧਕ ਵੀਰ ਨੋਟ ਕਰ ਲੈਣ ਰੋਮਾਣਾ ਅਜੀਤ ਸਿੰਘ ਦੇ ਪੁਆਇੰਟ ਨੇ 9 ਤੇ ਰਘੁਆਣੇ ਦੇ ਪੁਆਇੰਟ ਨੇ 15.5 ਇਸ ਮੈਚ ਵਿੱਚੋਂ ਰਘੁਆਣੇ ਟੀਮ
जेतु रहन वाली टीम है उथे साडे वीर जानकारी दे विच वादा करदे है कि पंज ग्राई दे लई अज कहिंदे वी विकी हरी के कला वाले ने जफे लाउणे है जिन्हें 30 तरीक नूं माले कला दे कबड्डी कप दे उपर मेरे वीरो 4 ट्रैक्टर जित्तिया उस वीर ने भी अज कहिंदे वी इस खेड मैदान दा श्रृंगार बनना है समय समय सिर सारे खिडारियों का आपां तुहाडे नाल जिक्र करते रहेंगे ते टीमां नूं बेनती है श्री बुटर ते पिपली ਇਹ ਟੀਮਾਂ ਖੇਡ ਮੈਦਾਨ ਦੇ ਵਿੱਚ ਜਲਦ ਤੋਂ ਜਲਦ ਪਹੁੰਚਣ ਸ਼੍ਰੀ ਬੁੱਟਰ ਤੇ ਪਿਪਲੀ ਸਿਵੀਆਂ ਤੇ ਪੈਰੋ ਇਹ ਟੀਮਾਂ ਵੀ ਆਪਣੇ ਆਪ ਨੂੰ ਤਿਆਰ ਰੱਖਣ ਪਿਪਲੀ ਦੀ ਟੀਮ ਆ ਚੁੱਕੀ ਹੈ ਸ਼੍ਰੀ ਬੁੱਟਰ ਦੀ ਟੀਮ ਪਹੁੰਚੇ ਤਾਂ ਹੱਥ ਖੜਾ ਕਰੇ ਸ਼੍ਰੀ ਬੁੱਟਰ ਦੀ ਟੀਮ ਉਸ ਤੋਂ ਬਾਅਦ ਸਿਵੀਆਂ ਵਰਸਿਸ ਪੈਰੋ ਇਹਨਾਂ ਟੀਮਾਂ ਨੂੰ ਬੇਨਤੀ ਹੈ ਹਾਂਜੀ ਵੀਰ ਜੇ ਕੋਈ ਓਪਨ ਦੀ ਟੀਮ ਬਾਹਰ ਖੜੀ ਹੈ ਗਰਾਊਂਡ ਤੋਂ ਉਹ ਆਪਣੀ ਐਂਟਰੀ ਕਰਵਾ ਦਿਓ ਛੇਤੀ ਸ਼੍ਰੀ ਬੁੱਟਰ ਦੀ ਟੀਮ ਇਧਰਲੇ ਪਾਸੇ ਸਟੇਜ ਵਾਲੀ ਸਾਈਡ ਸ਼੍ਰੀ ਬੁੱਟਰ ਦੀ ਟੀਮ ਹੈ ਤੇ ਦੂਸਰੀ ਸਾਈਡ ਰੂਪ ਸਿੰਘ ਪਿਪਲੀ ਵੀਰ ਜਗਰੂਪ ਸਿੰਘ ਵੀ ਸਾਡੇ ਕੋਲ ਇੱਥੇ ਅਪਿੰਦਰ ਬਾਈ ਬੁਲਾ ਰਿਹਾ ਹੈ ਇੱਥੇ ਪਹੁੰਚਣ ਵੀਰ ਜਗਰੂਪ ਸਿੰਘ ਪੱਤਰਕਾਰ ਇਧਰਲੇ ਪਾਸੇ ਪਿਪਲੀ ਹੈ ਪਿਪਲੀ ਇਧਰਲੇ ਪਾਸੇ ਸ਼੍ਰੀ ਬੁੱਟਰ ਪਿਪਲੀ ਦੀ ਟੀਮ ਟਰੱਕਾਂ ਵਾਲੀ ਸਾਈਡ ਦਰਸ਼ਕ ਵੀਰੋ ਪਹੁੰਚ ਚੁੱਕੀ ਹੈ ਤੇ ਦੂਸਰੀ ਸਾਈਡ ਜੋ ਟੀਮ ਹੈ ਇਹ ਸ਼੍ਰੀ ਬੁੱਟਰ ਦੀ ਟੀਮ ਇਧਰਲੇ ਪਾਸੇ ਪਹੁੰਚ ਚੁੱਕੀ ਹੈ ਹੈਲੋ ਹੈਲੋ ਹਾਂਜੀ ਹਾਂਜੀ ਚੱਲ ਵੀ ਨੌਜਵਾਨਾਂ ਪਾਵਰ ਰੇਡ ਲੋਕ ਖੇਡ ਮੈਦਾਨ ਦੇ ਵਿੱਚ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਲੱਭਾ ਨੌਜਵਾਨ ਵੱਧ ਹੋਇਆ ਲੋਕ ਕੀਤਾ ਧਰਤੀ ਮਾਂ ਨੂੰ ਸਲਾਮ ਤੇ ਲਈ ਆ ਉਸ ਸੂਰਜ ਦੇਵਤਾ ਤੋਂ ਸ਼ਕਤੀ ਤੇ ਅੱਗੇ ਵੱਧ ਕੇ ਬੋਲਦਾ ਹੋਇਆ ਧਾਵਾ ਲੋ ਇੱਕ ਪਾਸੇ ਲੱਭਾ ਤੇ ਦੂਸਰੇ ਪਾਸੇ ਜਾਫੀ ਸ਼੍ਰੀ ਬੁੱਟਰ ਦੀ ਧਰਤੀ ਦਾ ਇਸ ਟਾਈਮ ਪੂਰੀ ਕੋਸ਼ਿਸ਼ ਕਰਦਾ ਹੋਇਆ ਮਾਰਦਾ ਹੋਇਆ ਤੱਕਾ ਤੇ ਤਫਾ ਲੋ ਪੁਆਇੰਟ ਧਾਬੀ ਦੇ ਖਾਤੇ ਪੁਆਇੰਟ ਮੇਰੇ ਵੀਰੋ ਲੱਭੇ ਦੇ ਖਾਤੇ ਜੁੜਦਾ ਹੋਇਆ ਕਿ ਲੱਖਾਂ ਦੀ ਗੱਲ ਕਰਦਾ ਲੱਖਾਂ ਗਾਜ਼ੀਪੁਰ ਦਾ ਜੀ ਕਿ ਖਾਲੀ ਹੱਥ ਗੁਰੂ ਲਾਲਕ ਦੇ ਨਾ ਪਿੱਛੇ ਮੁੜਦਾ ਜੀ ਕਿ ਬਾਜੇ ਖਾਨੇ ਜੰਮਿਆ ਸੀ ਹਰਜੀਤ ਬਰਾੜਾਂ ਦੇ ਖੇਡਣ ਜੋਰਾਂ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਪਰ ਆਹ ਨੌਜਵਾਨ ਦਾ ਨਾਂ ਕਹਿੰਦੇ ਵੀ ਲੱਖਾ ਹੈ ਪਰ ਦੂਸਰੇ ਪਾਸੇ ਜਾਫੀ ਵੀ ਇਸ ਟਾਈਮ ਪਿਪਲੀ ਵਾਲਾ ਚੋਪਰ ਪੂਰਾ ਖਤਰਨਾਕ ਹੈ ਸੈਂਟਰ ਲੈਣ ਦੇ ਮੁਕੱਦਮਾ ਐਨ ਪੂਰਾ ਸਖਤ ਤੇ ਰੌਚਕ ਹੋ ਗਿਆ ਕਿ ਥਾਣੇਦਾਰਾ ਫੈਸਲਾ ਸੋਚ ਕੇ ਕਰੀ ਦਿੱਲੀ ਲੌਂਗ ਦਾ ਮੁਕੱਦਮਾ ਭਾਰੀ ਲੋਕ ਖੇਡ ਮੈਦਾਨ ਦੇ ਵਿੱਚ ਪੁਆਇੰਟ ਭਿੱਖੀ ਵਾਲਾ ਇਸ਼ਾਰਾ ਕਰਕੇ ਦੱਸੀ ਵੀ ਜਾਫੀਆਂ ਦੇ ਖਾਤੇ ਹੈ ਤੇਜ ਸਿੰਘ ਜੀ ਸਰਪੰਚ ਸਾਹਿਬ ਕੀ ਬਾਤ ਹੈ ਬਲਾੜ ਵਿੰਝੂਗੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਹੈ ਤੇਜ ਸਿੰਘ ਜੀ ਸਰਪੰਚ ਸਾਹਿਬ ਬਲਾੜ ਵਿੰਝੂਗਿਆਂ ਵਾਲੇ ਪਿਪਲੀ ਦੀ ਸਮੁੱਚੀ ਟੀਮ ਲਈ 100 ਰੁਪਏ ਦਾ ਮਾਣ ਹੈ ਪਰ ਇੱਧਰ ਕਹਿੰਦੇ ਕਿ ਦਿੱਲੀ ਗਿਆ ਤਾਂ ਲਿਆਦੀ ਲਹਿੰਗਾ ਕਿ ਲੈ ਜਾ ਮੇਰਾ ਲੱਕ ਮਿਣ ਕੇ ਲਓ ਲੱਕ ਦੇ ਲੱਗੇ ਮੈਂ ਦੀਦ ਉੱਪਰ ਆ ਕੇ ਮੁਕਾਬਲਾ ਪੂਰਾ ਸਖਤ ਤੇ ਪੂਰਾ ਰੌਚਕ ਹੋ ਗਿਆ ਲੋ ਪੁੱਟਰ ਸ਼੍ਰੀ ਵਾਲਾ ਚੋਪਰ ਐਨ ਹੰਦੇ ਦੂਰ ਕਰਦਾ ਹੋਇਆ ਪਰ ਇਧਰਲੇ ਪਾਸੇ ਸਮਾਂ ਬੀਤਿਆ ਪੁਆਇੰਟ ਜਾਫੀਆਂ ਦੇ ਖਾਤੇ ਪੁਆਇੰਟ ਮੇਰੇ ਵੀਰੋ ਸ਼੍ਰੀ ਬੁੱਟਰ ਦੀ ਟੀਮ ਦੇ ਖਾਤੇ ਜੁੜਦਾ ਹੋਇਆ ਚੱਲ ਵੀ ਚੋਪਰਾ ਪਾਵਰ ਰੇਡ ਲੋਕ ਖੇਡ ਮੈਦਾਨ ਦੇ ਵਿੱਚ ਐਡੀ ਰੇਡ ਹਲਕਾ ਜਿਹਾ ਕਰਦਾ ਹੋਇਆ ਟੱਚ ਪੁਆਇੰਟ ਆਪਣੇ ਖਾਤੇ ਦੇ ਵਿੱਚ ਜੁੜਦਾ ਹੋਇਆ ਚੱਲ ਵੀ ਲੱਭਿਆ ਪਾਵਰ ਰੇਡ ਲੋ ਲੱਭਾ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਫਿਰ ਵੱਧਦਾ ਹੋਇਆ ਨੌਜਵਾਨ ਜਾਂ ਫਿਰ ਉੱਥੇ ਖੜਾ ਕਰੋ ਵੀਰ ਜੀ ਜਦੋਂ ਰੇਡਰ ਚੱਲ ਪੈਂਦਾ ਉਸ ਤੋਂ ਬਾਅਦ ਜਿੱਥੇ ਮਰਜ਼ੀ ਤੁਸੀਂ ਜਾਫ ਲੈ ਰਿਹਾ ਕਰੋ ਇਹ ਰੂਲ ਦੇ ਮੁਤਾਬਕ ਲਓ ਖੇਡ ਮੈਦਾਨ ਦੇ ਵਿੱਚ ਲੱਭੇ ਦੀ ਪੈਂਦੀ ਹੋਈ ਰੇਡ ਤੇ ਉਹੀ ਜਾਫੀ ਇਹ ਵੀ ਜਾਫੀ ਮੇਰੇ ਵੀਰੋ ਖਤਰਨਾਕ ਹੈ ਉੱਠੋ ਚੋਪਰਾ ਉੱਠ ਆਓ ਦੇਖ ਚੋਪਰ ਤੇਰੇ ਪਲ ਦੀ ਸਰਹੱਦ ਪਾਰ ਕਰ ਗਿਆ ਲਓ ਪੁਆਇੰਟ ਧਾਵੀ ਦੇ ਖਾਤੇ ਜੁੜਦਾ ਹੋਇਆ ਗੁਰਪ੍ਰੀਤ ਗਿੱਦੜ ਵੇਹ ਤੋਂ ਬੱਚਾ ਹੈ ਗਰਾਊਂਡ ਦੇ ਦਾਇਰੇ ਦੇ ਉੱਪਰ ਖੇੜੇ ਲਾ ਕੇ ਰੇਸ ਲਾ ਕੇ ਦਿਖਾਵੇਗਾ
15 ਗੇੜੇ ਲਾ ਕੇ ਦਿਖਾਵੇ, ਇਹਦਾ ਵੀ ਧੰਨਵਾਦ ਕਰਦੇ ਹਾਂ। ਪਰ ਇੱਧਰ ਕਹਿੰਦੇ ਵੀ ਰੰਗ ਨਾਲ ਰੰਗ ਮਿਲੇ ਹੈ, ਜਿਵੇਂ ਮਾਲਕਿਆਂ ਵਾਲਾ ਮੱਖਣ ਬਰਾੜ ਕਹਿੰਦੇ ਵੀ ਕੈਨੇਡਾ ਦੇ ਵਿੱਚ ਬੈਠਾ ਹੈ, ਉਹ ਲਿਖਦਾ ਹੁੰਦਾ ਹੈ ਕਿ ਰੰਗ ਨਾਲ ਰੰਗ ਮਿਲ ਕੇ ਪਦੇ ਨਾ ਮਿਲੀਆਂ ਤਕਦੀਰਾਂ, ਰੰਗ ਨਾਲ ਰੰਗ ਮਿਲ ਗਏ। ਲੋ ਤਕਦੀਰਾਂ ਵੱਖੋ ਵੱਖਰੀਆਂ ਨੇ, ਪਰ ਅਗਲੀ ਰੇਡ ਲੱਭਾ ਕਬੱਡੀ ਫਿਰ ਪਾਉਣ ਦੇ ਲਈ ਵੱਧ ਹੋਏ ਆ। ਪਰ ਤਿੰਨ ਜਾਫੀਆਂ ਦੇ ਵਿੱਚੋਂ ਕਿਹੜਾ ਜਾਫੀ ਆਪਣੇ ਡੌਲਿਆਂ ਤੇ ਮਾਣ ਕਰਦਾ ਹੈ? ਗੱਭਰੂ ਜਵਾਨ ਹੈ, ਲੋ ਖੜਾ ਛਾਤੀ ਤਾਣ ਹੈ, ਪਰ ਇਸ ਪਾਸੇ ਨੌਜਵਾਨ ਕਿ ਮਿੱਟੀ ਨਾ ਫਰੋਲ ਜੋਗੀ ਆ, ਨਹੀਂ ਉਹ ਲੱਭਣੇ ਲਾਲ ਗਵਾਚੇ, ਤਿੰਨ ਰੰਗ ਨਹੀਂ ਉਹ ਲੱਭਣੇ, ਹੁਸਨ ਜਵਾਨੀ ਤੀਜੇ ਮਾਪੇ, ਮਿੱਟੀ ਨਾ ਫਰੋਲ ਜੋਗੀ ਆ। ਲਓ ਖੇਡ ਮੈਦਾਨ ਦੇ ਵਿੱਚ ਲੱਖਾਂ ਕਬੱਡੀ ਪਾਉਣ ਦੇ ਲਈ ਵੱਧ ਹੋਇਆ, ਘੁੰਗਰਾਲੇ ਜੇ ਪਾਲ ਹੈ ਨੌਜਵਾਨ ਦੇ, ਵੱਖਰਾ ਜਿਹਾ ਸਟਾਈਲ ਹੈ, ਜਿਵੇਂ ਕਹਿੰਦੇ ਵੀ ਦੋਤੇ ਵਾਲੇ ਸੰਦੀਪ ਦੇ ਬਾਲ ਘੁੰਗਰਾਲੇ ਨੇ, ਮੇਰੇ ਵੀਰੇ ਪੀਤੇ ਬਖਤਗੜ੍ਹ ਦੇ ਬਾਲ ਘੁੰਗਰਾਲੇ ਨੇ, ਸੈਟਲ ਵਾਲੇ ਮੀਗ ਦੇ ਬਾਲ ਘੁੰਗਰਾਲੇ ਨੇ, ਉਸੇ ਤਰ੍ਹਾਂ ਦਾ ਨੌਜਵਾਨ ਦਾ ਸਟਾਈਲ ਹੈ। ਲੋਕ ਖੇਡ ਮੈਦਾਨ ਦੇ ਵਿੱਚ ਲੱਖਾਂ ਪੁਆਇੰਟ ਆਪਣੀ ਟੀਮ ਦੇ ਲਈ ਬੁੱਟਰ ਸ਼੍ਰੀ ਦੇ ਲਈ ਜੋੜਦਾ ਹੋਇਆ, ਇਹਨਾਂ ਦਾ ਧੰਨਵਾਦ ਕਰਦੇ ਖਿਡਾਰੀਆਂ ਦਾ। ਇੱਧਰੋਂ ਧੰਨਵਾਦ ਕਰਦੇ ਹਾਂ ਜੋ ਸਾਡੇ ਵੀਰ ਸਕੋਰ ਤੇ ਬੜੀਆ ਵਧੀਆ ਢੰਗ ਦੇ ਨਾਲ ਕੱਲ੍ਹ ਤੋਂ ਲੈ ਕੇ ਵਧੀਆ ਜੁੰਮੇਵਾਰੀ ਦੇ ਨਾਲ ਸਵਾਵਾਂ ਨਿਭਾ ਰਹੇ ਨੇ, ਸਰਬਜੀਤ ਸਿੰਘ ਜੀ ਤੇ ਗੋਗੀ ਸਾਡੇ ਵੀਰ, ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਉੱਧਰ ਇਤਰਾਜ਼ ਜੋ ਕਮੇਟੀ ਹੈ, ਸਾਡੇ ਵੀਰ ਬਬਲੂ, ਰਿੰਕੂ, ਹਰਵਿੰਦਰ ਤੇ ਮਨੀ, ਇਹਨਾਂ ਵੀਰਾਂ ਦਾ ਵੀ ਧੰਨਵਾਦ ਕਰਦੇ ਹਾਂ। ਐਂਟੀ ਕਾਊਂਟਰ ਤੇ ਬੈਠੇ ਸਾਡੇ ਸਤਿਕਾਰਯੋਗ ਨਿਊ ਫੈਸ਼ਨ ਪੁਆਇੰਟ ਵਾਲੇ ਬਲਾੜ ਵਿੰਜੂ ਵਾਲੇ ਕੁਲਵੰਤ ਸਿੰਘ ਜੀ, ਉਹਨਾਂ ਦੇ ਨਾਲ ਮਾਸਟਰ ਗੁਰਪ੍ਰੀਤ ਸਿੰਘ ਜੀ ਤੇ ਨਾਲ ਜਤਿੰਦਰ ਮਾਸਟਰ ਜੀ ਤੇ ਗੱਗੂ ਮਾਸਟਰ ਜੀ, ਇਹਨਾਂ ਸਾਰੇ ਹੀ ਟੀਚਰ ਸਾਹਿਬਾਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਗਰਾਊਂਡ ਕਮੇਟੀ ਜੋ ਸਾਡੇ ਵੀਰ ਬਿੰਦਾ, ਜੱਗਾ ਤੇ ਬਲਕਰਨ, ਰਿੰਕੂ ਤੇ ਮੀਤਾ, ਇਹਨਾਂ ਵੀਰਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ, ਕਿਉਂਕਿ ਧੰਨਵਾਦ